सुंडी क्यों नहीं मरती मक्की च, केड़ी दवाई नाल मरूगी, की गलत तरीके ने स्प्रे करन दे भी कंट्रोल नहीं हुंदी। सही तरीके जे तुसीं स्प्रे करोगे तां बई एक बार थोड़ी सुंडी है जी कंट्रोल हो जू सस्तियां दवाइयां नाल। पहला जे कोई नवा सज्जन देख रहा तां कृपा करके पेज नूं फॉलो जरूर कर लिओ ते वीडियो नूं शेयर कर दिओ, क्योंकि फिर पहला अगला खर्चा कर लैंदा बई सुंडी मरदी नहीं, फिर दोबारे महंगियां नवाइयां पाउंदा तां नुकसान अपने किसान भाइयां दा ही हुंदा है। और एक दूजे की मदद आप आप ही करनी है, होर कोई अपनी मदद करने वाला नहीं। जिहड़ा पहला स्क्रीन ते तुहानूं चलदा दिखिया भाई यह है प्रचलित तरीका हूँ स्प्रे करन दा, पर मक्की च भाई ये गलत है, क्योंकि ढोले तकरीबन अपने को सब कोले ने, ते आपां नूं हुंदा वी यार नमेड़ के परां करिए निकी निकी तां मक्की है यार चार ढोले किले दे पा देंगे बई ते बहुत आ यार, एवीं कही जांदे ने 200 लीटर पानी तां ही बई सुंडी नहीं मरदी। सब तो वड्डा कारण ये है। आ स्क्रीन ते तुहानूं चलदी दिंदी आ वीडियो ते नाल तुहानूं दिखावांगे पानी पिया किन्ना इहदे उत्ते। जदों पत्ते जमा पानी ना भरनगे बई कोआ भर गया फिर सुंडी थोड़ी मरनी है, नहीं मरनी नहीं बई, क्योंकि जो पहला हुण आ जिवें आपां ढोले नाल करी जांदे आ इहदे नाल तां फफार पैंदी है, ठीक है आपां नूं अद्धे टाइम तों स्प्रे हो जू, मैं मानदा पानी भी अद्धा लगू, पर जदों यार आपां खेती भी करन लग गए ते फिर फाहा भी वढांगे, फिर इह मक्की बई थोड़ी नखरे वाली फसल है, इह फाहा वढ के कामयाब नहीं होणी, करनी तां तुहानूं शौक नाल ही पऊगी। सो स्प्रे तुसीं इस तरीके कर, जे तुहाडे कोले चार चाई ढोली आ बई वड्डा ढोला है नहीं तां उहदे वास्ते आह नालियां ने प्लास्टिक च भी आउंदियां ने, अपने कोले पहलां दी पई है ओह एलमीनियम दी है, हे हाथ वाली ते भी लग जूगी बई ते चार जाली ते भी लग जूगी, चार नाल नियोजन वाली भी चार जाली ते आउंदी है, पर उहदा भी तुहानूं तरीका दस्सांगे कल नूं आपां अड्ड वीडियो पावांगे भी इह ढोले वाला सैटअप सारा आपां चार जाली ढोली ते ला देंगे। ਉਹ ਮੱਕੀ ਜਾਂ ਤਾਂ ਤੁਹਾਡੀ ਗੋਡੇ ਗੋਡੇ ਨਹੀਂ ਹੁੰਦੀ, ਕਿਉਂਕਿ ਇਹ ਸੰਦ ਭਾਰੀ ਹੈ ਅਤੇ ਸੌਖਾ ਹੋ ਜੂ ਕੰਮ ਤੁਹਾਡਾ, ਉਹ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ ਤਰੀਕਾ। ਬਸ ਆਹ ਜਹਿਨ 'ਚ ਬਿਠਾ ਲਓ ਵੀ ਜਿੰਨਾ ਚਿਰ ਤੁਹਾਡੀ ਮੱਕੀ ਗੋਡੇ ਗੋਡੇ ਨਹੀਂ ਹੁੰਦੀ ਸਪਰੇਅ ਇਸ ਤਰੀਕੇ ਕਰਨੀ ਹੈ ਅਤੇ ਗਿੱਲੇ 'ਚ ਸਪਰੇਅ ਕਰਨੀ ਹੈ ਅਤੇ ਆਥਣੇ ਸਪਰੇਅ ਕਰਨੀ, ਦੁਪਹਿਰੇ ਨਹੀਂ ਕਰਨੀ ਨਾ ਬਈ 9-10 ਵਜੇ, ਕਿਉਂਕਿ ਫਿਰ ਉਦੋਂ ਜਿਹੜੇ ਪੱਤਿਆਂ ਦੇ ਰੋਮ ਹੁੰਦੇ ਨੇ ਨਾ ਉਹ ਖੁੱਲ੍ਹੇ ਨਹੀਂ ਹੁੰਦੇ, ਚੁੱਕ ਸੁੰਡੀ ਖਾਂਦੀ ਹੈ ਸਵੇਰੇ ਸ਼ਾਮ, ਅਤੇ ਜਦੋਂ ਬਈ ਜ਼ਹਿਰ ਉਹ ਖਾਊਗੀ ਕੁਛ ਉਹਦੇ ਉੱਤੇ ਪੈ ਜੂਗੀ ਤਾਂ ਸੁੰਡੀ ਛੁੱਡੀ ਇੱਕੇ ਵਾਰੀ ਕੰਟਰੋਲ ਹੋ ਜੂਗੀ। ਦਵਾਈ ਕਿਹੜੀ ਵਰਤੀਏ, ਦਵਾਈ ਬਾਈ ਐਮਾਮੈਕਟਨ 1.9%, 150 ml 1 ਏਕੜ ਦੀ, ਜਾਂ ਆਪਣੀ 505 ਵੀ ਜਿਹੜੀ ਬਰੀਬੀਰ ਕਰ ਰਹੇ ਨੇ ਉਹ ਵੀ ਠੀਕ ਹੈ, ਉਹ ਵੀ ਮਾੜਾ ਨਹੀਂ ਸੌਦਾ, ਬਹੁਤ ਵਧੀਆ ਦਵਾਈ ਹੈ, ਜਾਂ ਫਿਪਰੋਨਿਨ ਨਾਲ ਐਮਾਮੈਕਟਨ ਦੇ ਟੈਕਨੀਕਲ ਆਉਂਦੇ ਨੇ ਉਹ, ਕੋਈ ਬਾਹਲੇ ਮਹਿੰਗੀਆਂ 'ਚ ਨਾ ਜਾਇਓ ਭਾਈ, 1000-1000 ਰੁਪਏ ਕਿੱਲੇ 'ਚ ਆਪਾਂ ਪਹਿਲਾਂ ਵੀ ਬਹੁਤ ਵਾਰ ਇਹ ਵੀਡੀਓ ਪਾਉਂਦੇ ਹੁੰਦੇ ਹਾਂ, ਤਰੀਕਾ ਸਹੀ ਕਰ ਲਿਓ, ਸਸਤੀ ਦਵਾਈ ਵੀ ਮਹਿੰਗੀ ਜਿੰਨਾ ਕੰਮ ਕਰ ਜੂ, ਇਸ ਚੱਕਰ 'ਚ ਨਾ ਪਿਓ ਵੀ ਭਾਈ ਹੁਣ ਮਹੀਨਾ ਸਪਰੇਅ ਕਰਨ ਦੀ ਲੋੜ ਨਹੀਂ। ਦੂਜਾ ਕਾਰਨ ਹੈ ਗਲਤ ਯੂਰੀਆ ਪਾਉਣਾ, ਜਦੋਂ ਤੁਸੀਂ ਯੂਰੀਆ ਗਲਤ ਤਰੀਕੇ ਪਾਓਗੇ ਸੁੰਡੀ ਤੁਹਾਡੀ ਮੱਕੀ 'ਚੋਂ ਮਰਨੀ ਨਹੀਂ, ਆਹ ਤੁਹਾਨੂੰ ਜੜ੍ਹਾਂ ਨਾਲ ਦਿਖਦੀਆਂ ਨੇ, ਆਪਾਂ ਉੱਤੇ ਘੇਰਨ ਲੱਗ ਜਾਂਦੇ, ਕਈ ਵੀਰ ਕੀ ਕਹਿੰਦੇ ਨੇ ਜੇ ਜੜ੍ਹਾਂ 'ਚ ਪਾਓ ਉੱਤੋਂ ਘੇਰੀ ਜਾਂਦੇ, ਜਿਹੜਾ ਤੁਹਾਡੇ ਦਾਣਾ ਗੋਭ 'ਚ ਪੈ ਗਿਆ ਬਈ ਨਾ ਤਾਂ ਉਹ ਬੂਟਾ ਚੱਲੇ, ਉਹਦੀ ਗੋਭ ਜਾਊਗੀ ਗਲ ਅਤੇ ਉਹ 'ਚੋਂ ਸੁੰਡੀ ਮਰਨੀ ਨਹੀਂ, ਉਹ ਤੁਹਾਡਾ ਬੂਟਾ ਕਾਮਯਾਬ ਹੁੰਦਾ ਹੀ ਨਹੀਂ। ਕਿਆ ਜੜ੍ਹਾਂ ਦੇਖ ਲਓ ਕਿੱਥੇ ਕਿੱਥੇ ਥੱਲੇ ਤੱਕ, ਹੁਣ ਕਹਿੰਦੇ ਨੇ ਜੀ ਉੱਤੇ ਪਾਓ ਜੀ ਇਹਦੇ ਖਾਲੀਆਂ 'ਚ ਨਾ ਪਾਓ, ਹੁਣ ਮੈਨੂੰ ਐਂ ਦੱਸੋ ਵੀ ਇਹ ਖਾਲੀਆਂ ਨੇੜੇ ਨੇ ਇਹਨੂੰ ਕਿ ਮੱਕੀ ਦੇ ਉੱਤੇ ਵੱਟਾਂ ਨੇੜੇ ਨੇ, ਸੋ ਪਾਣੀ ਨਾਲ ਪਾਇਆ ਕਰੋ ਬਈ ਯੂਰੀਆ ਘੋਲ ਕੇ ਪਾਣੀ 'ਚ, ਅਤੇ ਬਹੁਤੇ ਵੀਰ ਕਹਿੰਦੇ ਨੇ ਇਹ ਪਸ਼ੂ ਪੀ ਜਾਣਗੇ ਜੀ, ਠੀਕ ਹੈ ਉਹਨਾਂ ਦੀ ਗੱਲ, ਪਰ ਖੇੜਾਂ 'ਚ ਬਈ ਥੱਲੇ ਆਪਦੇ ਮੋਗੇ ਕੱਢ ਲਓ, ਜਿੱਦਾਂ ਅਸੀਂ ਯੂਰੀਆ ਘੋਲੋਂਗੇ ਖੇੜਾਂ ਆਪਦੀਆਂ ਖਾਲੀ ਕਰ ਦਿਆ ਕਰੋ, ਉਹਦੇ ਨਾ ਰੱਖੋ, ਠੀਕ ਹੈ ਕਿਸੇ ਦੇ ਜਾਨਵਰ ਪਾਣੀ ਪੀ ਜਾਣਗੇ ਭਾਈ ਮਰਨਗੇ, ਨੁਕਸਾਨ ਹੋ ਜੂ ਉਹ ਵੀ ਆਪਣੇ ਭਾਈ ਨੇ, ਸੋ ਤਰੀਕੇ ਬਈ ਸਹੀ ਰੱਖੋ, ਖਰਚਾ ਤੁਹਾਨੂੰ ਵਾਧੂ ਕਰਨ ਦੀ ਲੋੜ ਨਹੀਂ, ਮੇਰੀ ਗਰੰਟੀ ਹੈ। ਪੇਜ ਨੂੰ ਫੋਲੋ ਕਰ ਲਓ, ਨਵੀਆਂ ਤੋਂ ਨਵੀਆਂ ਅਪਡੇਟ ਤੁਹਾਨੂੰ ਇੱਥੇ ਪੇਜ 'ਤੇ ਮਿਲਣਗੀਆਂ। ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਧੰਨਵਾਦ।